ਕਾਲਦੇਸਾਹ ਸਾਹਿਬ ਸਾਹਿਬ ਦਾ ਜੱਤੀਦਰ ਗਿਆਨੀ ਹਰਪ ਸਿੰਘ ਹੋਣਾ ਵੀ ਚਿੰਤਾ ਪ੍ਰਗਟ ਕੀਤੀ ਆ ਕਿ ਜਿਹੜੇ ਵੋਟਰ ਬਣਾਏ ਜਾ ਰਹੇ ਨੇ ਉਹ ਢੇਰਾ ਪ੍ਰੇਮੀ ਨੇ ਇਹ ਜਿਹੜੇ ਐਡੇ ਵੱਡੇ ਅਹੁਦਿਆਂ ਤੇ ਬੈਠੇ ਇਹ ਸਿੰਘ ਨੇ ਇਹ ਚਿੰਤਾ ਤਾਂ ਹਰ ਕੋਈ ਕਰ ਸਕਦਾ ਤਾਂ ਫਿਰ ਜਿਹੜੇ ਇਹ ਰਤਵੇ ਮਿਲੇ ਨੇ ਇਹ ਕਦੋਂ ਕੰਮ ਆਉਣਗੇ ਇਹ ਚਿੰਤਾ ਦਾ ਕੋਈ ਮਜ਼ਦੂਰੀ ਕਰਨ ਵਾਲਾ ਸਿੱਖ ਵੀ ਕਰ ਸਕਦਾ ਜਿਹਨੂੰ ਪਤਾ ਲੱਗੇ ਇਸ ਗੱਲ ਦਾ ਤੁਸੀਂ ਪੰਜ ਸਿੰਘ ਇਕੱਠੇ ਹੋਇਓ ਤਾਂ ਇਥੋਂ ਫ੍ਰੈਕਸ਼ਨ ਲੈ ਲਓ ਇਸ ਗੱਲ ਦਾ ਅੱਡਾ ਹੀ ਇੱਕ ਸਾਥੀ ਜਦੇਦਾਰ ਕਹਿ ਰਿਹਾ ਵੀ ਡੇਰੇ ਵਾਲੀਆਂ ਬੋਟਾਂ ਬਣ ਗਈਆਂ ਤੇ ਜੇ ਤੁਸੀਂ ਇਹ ਕਹਿ ਕੇ ਵੀ ਕੁਝ ਨਹੀਂ ਕਰ ਰਹੇ ਤੇ ਤੁਹਾਡੇ ਕਹਿਣ ਦਾ ਕੀ ਫਾਇਦਾ ਇਹਦੇ ਹੱਲ ਹੀ ਤੁਸੀਂ VOTER ਨੂੰ ਕਟਾਰੇ 'ਚ ਨਹੀਂ ਘੜ ਸਕਦੇ ਇਹਦੇ ਹੱਲ ਹੀ ਤੁਹਾਨੂੰ ਅਮੀਰ ਵਾਰ ਨੂੰ ਕਟਾਰੇ 'ਚ ਖੜਾ ਕਰਨਾ ਪਊਗਾ ਕਿ ਲੜਨ ਵਾਲਾ ਕੌਣ ਹੈ ਲੜਨ ਵਾਲੇ ਦਾ ਖਾਲਸਾ ਪੰਥ ਦੇ ਲਈ ਸ਼ਰੋਮਣੀ ਕਮੇਟੀ ਲਈ ਲੜਨ ਵਾਲਾ ਕਿਤੇ ਜਿੱਤ ਕੇ ਖਤਰਨਾਕ ਤਾਂ ਨਹੀਂ ਸਾਬਤ ਹੋ ਸਕਦਾ ਉਹ ਕਿਸੇ ਡੇਰੇ ਨਾਲ ਤਾਂ ਨਹੀਂ ਜੁੜਿਆ ਹੋਇਆ ਉਹ ਕਿਸੇ ਪੰਥ ਵਿਰੋਧੀ ਵਿਅਕਤੀ ਨਾਲ ਤਾਂ ਨਹੀਂ ਜੁੜਿਆ ਹੋਇਆ ਈਓ ਨੇ ਕੋਈ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਭਾਗ ਤਾਂ ਨਹੀਂ ਲਿਆ ਹੋਇਆ ਜਾਂ ਉਹ ਸਿਰਫ ਲੜਨ ਲਈ ਹੀ ਤਿਆਰ ਸਿੱਖ ਤਾਂ ਨਹੀਂ ਬਣਿਆ ਅਸੀਂ ਕਿਉਂਕਿ ਫਸ ਚੁੱਕੇ ਹਾਂ ਸਾਡਾ ਧਰਮ ਜਿਹੜਾ ਕਾਨੂੰਨ ਦੇ ਚੁੰਗਲ ਦੇ ਵਿੱਚ ਫਸਾ ਦਿੱਤਾ ਗਿਆ 100 ਸਾਲ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਗੇ ਨੇ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਵੀ ਹੋਣਗੇ ਉਹਨਾਂ ਦੇ ਨਿਆਂ ਨੇ ਵੀ ਕੋਨੇ-ਮੋਨੇ ਹੈਗੇ ਨੇ ਇਹ ਸ਼੍ਰੋਮਣੀ ਕਮੇਟੀ ਨਹੀਂ ਤੈਅ ਕਰ ਸਕਦੀ ਇਹ ਤੈਅ ਕਰੂਗਾ ਕੱਲ ਤੱਕ ਸਾਬ ਯਾਦ ਰੱਖਿਓ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਹੇ ਕਿ ਅਸੀਂ ਜਿਹੜੀਆਂ ਵੀ ਪਾਰਟੀਆਂ ਲੜਨੀਆਂ ਹਨ ਨਾ ਚਾਹੇ ਉਹ ਜਾ ਤੌਰ ਤੇ ਲੜਨ ਜਾਂ ਬਿਹੂਰ ਤੜਾ ਲੜੇ ਚਾਹੇ ਸ਼ਰੂਮ ਨਿਕਲੀ ਕਿ ਟਿਕਟ ਇਸੀ ਉਹਨਾਂ ਨੂੰ ਦੇਣੀ ਹੈ ਜਿਨ੍ਹਾਂ ਦੇ ਬੱਚੇ ਵੀ ਸਾਤ ਸੂਰ ਤੋੜਨ ਇਸ ਵਕਤ ਦੀ ਐਗਜ਼ੈਕਟਿਵ ਦੇ ਵਿੱਚ ਮੈਂ ਰਿਸਰਚ ਕੀਤੀ ਆ ਕਈ ਮੈਂਬਰ ਅਜਿਹੇ ਨੇ ਜਿਨ੍ਹਾਂ ਦੇ ਪੋਤੇ ਵੀ ਉੱਤ ਵੀ ਤੇ ਪੋਤੇ ਵੀ ਜਿਹੜੇ ਕੋਨ ਮੋਨ ਨੇ ਜਿਨ੍ਹਾਂ ਨੇ ਆਲੂ ਮੰਗ ਮੂੰਹ ਛੱਲੇ ਹੋਏ ਨੇ ਬੀਚਾਂ ਦੇ ਸਮੁੰਦਰ ਦੇ ਕੰਢਾ ਵੇ ਰਿਜ਼ੋਰਟਾਂ ਦੇ ਮਹਾਰਾਜ ਸੂਪ ਲੈ ਕੇ ਜਾਂਦਾ ਉਸ ਤੇ ਵੀ ਪੂਨ ਰੂਪ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ ਉਹਨਾਂ ਦਾ ਕੀ ਜਿਹੜਾ ਸ਼ੋਸ਼ਾ ਹੀ ਲੋਕਾਂ ਨੇ ਜਾਂ ਅਮੀਰਾਂ ਦਾ ਸ਼ੌਂਕ ਸੀ ਉਹ ਪਹਿਲਾਂ ਲੈ ਲੈਣਾ ਚਾਹੀਦਾ ਸੀ ਫੈਸਲਾ ਇਹਦੇ ਲਈ ਮੈਂ ਸੋਚਦਾ ਕਿ ਇਕੱਲਾ ਆਪ ਮੈਂ ਸ਼੍ਰੋਮਣੀ ਕਮੇਟੀ ਜਾਂ ਤਖਤਾ ਨੂੰ ਇਹਨਾਂ ਦੇ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਨਹੀਂ ਸਮਝਦਾ ਇਹਦੇ ਲਈ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿੱਥੋਂ ਜਾ ਕੇ ਉਹ ਅਮੀਰ ਇਹ ਚੋਜ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਦੇ ਰੂਪ ਦੇ ਵਿੱਚ ਬਣਾਉਂ ਦਿੰਦੇ ਮੈਂ ਸਮਝਦਾ ਕਿ ਉਹਨਾਂ ਦਾ ਵੇਸ਼ੜਾ ਪਾਣਾ ਪੰਜਾਬ ਚ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਤੇ ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਵੀ ਰੌਲਾ ਪੈ ਚੁੱਕਾਗਾ ਕਿ ਕੁਝ ਜਿਹੜੇ ਵੋਟਰ ਉਹ ਬਣਾਏ ਜਾ ਰਹੇ ਨੇ ਜਿਹੜੇ ਉੱਥੋਂ ਦੇ ਇੱਕ ਨਾਮੀ ਡੇਰੇ ਦੇ ਪ੍ਰੇਮੀ ਵੀ ਨੇ ਹੁਣ ਸਵਾਲ ਇਹ ਖੜੇ ਹੁੰਦਾ ਕਿ ਵੋਟਰ ਕਿਹੜਾ ਬਣ ਸਕਦਾ ਦੂਜੇ ਪਾਸੇ ਬੀਤੇ ਦਿਨੀਂ ਸ਼੍ਰੀ ਕਾਲਤਕ ਸਾਹਿਬ ਤੇ ਪੰਜ ਸਿੰਘ ਸੁਬਾਨ ਇਕੱਠੇ ਹੋਏ ਨੇ ਉਹਨਾਂ ਨੇ ਅਜਿਹੇ ਫੈਸਲੇ ਲਏ ਜਿਹੜੇ ਸਮੇਂ ਦੇ ਮੁਤਾਬਕ ਬੜੇ ਪਹਿਲਾਂ ਹੀ ਲੈ ਲੈਣੇ ਚਾਹੀਦੇ ਸੀ ਇਹਨਾਂ ਦੋ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤਰੀਂ ਕਮੇਟੀ ਦੇ ਮੈਂਬਰ ਨੇ ਭਾਈ ਗੁਰਪ੍ਰੀਤ ਸਿੰਘ ਰੰਦਾਵਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਤਿਕਾਰ ਜੀ ਸਤਿਕਾਰ ਜੀ ਇੱਕ ਸਵਾਲ ਆ ਰਿਹਾ ਜੀ ਕਿ ਹਰਿਆਣੇ ਦੇ ਵਿੱਚ ਕਿਉਂਕਿ ਅਡ ਹੋ ਚੁੱਕੀ ਹੈ ਕਮੇਟੀ ਪਹਿਲੀ ਵਾਰ ਉੱਥੇ ਵੋਟਾਂ ਪੈਣੀਆਂ ਨੇ ਕਾਲਤਿਕ ਸਾਹਿਬ ਦੇ ਸਾਥਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਿੱਚ ਚਿੰਤਾ ਪ੍ਰਗਟ ਕੀਤੀ ਆ ਕਿ ਜਿਹੜੇ ਵੋਟਰ ਬਣਾਏ ਜਾ ਰਹੇ ਨੇ ਉਹ ਢੇਰਾ ਪ੍ਰੇਮੀ ਨੇ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਬੜੀ ਚਿੰਤਾਜਨਕ ਔਰ ਮੰਦਭਾਗੀ ਕਹਿਣਾ ਤੇ ਜੇ ਉਹਨਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਆ ਚੰਗੀ ਗੱਲ ਆ ਪਰ ਮੈਂ ਕਈ ਵਾਰੀ ਇਹ ਸੋਚਦਾ ਕਿ ਸਾਡੇ ਇਹ ਜਿਹੜੇ ਐਡੇ ਵੱਡੇ ਅਹੁਦਿਆਂ ਤੇ ਬੈਠੇ ਇਹ ਸਿੰਘ ਨੇ ਇਹ ਚਿੰਤਾ ਤਾਂ ਹਰ ਕੋਈ ਕਰ ਸਕਦਾ। ਤੋ ਫਿਰ ਜਿਹੜੇ ਇਹ ਰੁਤਵੇ ਮਿਲੇ ਨੇ ਇਹ ਕਦੋਂ ਕੰਮ ਆਉਣਗੇ? ਇਹਨਾਂ ਦੀ ਵਰਤੋਂ ਕੌਣ ਕਰੂਗਾ? ਜੇ ਅੱਜ ਇੱਕ ਅਸੀਂ ਸਿਰਫ ਇਹ ਕਹਿ ਕੇ ਘਰ ਨੂੰ ਚਲੇ ਜਾਈਏ ਵੀ ਇਸ ਗੱਲ ਦੀ ਸਾਨੂੰ ਚਿੰਤਾ ਹੈ ਤੇ ਹੋਵੇ ਸਾਡੇ ਕੋ ਰੁਤਬਾ ਤੇ ਫਿਰ ਤੁਸੀਂ ਐਕਸ਼ਨ। ਇਹ ਚਿੰਤਾ ਦਾ ਕੋਈ ਇੱਕ ਮਜ਼ਦੂਰੀ ਕਰਨ ਵਾਲਾ ਸਿੱਖ ਵੀ ਕਰ ਸਕਦਾ ਜਿਸ ਨੂੰ ਪਤਾ ਲੱਗੇ ਇਸ ਗੱਲ ਦਾ। ਤੁਸੀਂ ਪੰਜ ਸਿੰਘ ਇਕੱਠੇ ਹੋਇਓ ਤਾਂ ਇਥੋਂ ਫ੍ਰੈਕਸ਼ਨ ਲੈ ਲਓ ਇਸ ਗੱਲ ਦਾ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੂੰ ਕਟਾਰੇ 'ਚ ਖੜਾ ਕਰ ਲਓ ਉਹਦੇ ਬਾਰੇ ਕੋਈ ਗੱਲ ਕਰੋ ਕੱਲਾ ਬਿਆਨ ਮੈਂ ਸਮਝਦਾ ਕਿ ਬਿਆਨ ਹੀ ਸਾਰਾ ਕੁਝ ਨਹੀਂ ਹੁੰਦਾ ਬਿਆਨ ਤਾਂ ਹਰ ਕੋਈ ਦੇ ਸਕਦਾ ਹੈ ਤੇ ਜਿਹੜੀ ਇੱਕ ਅਥਾਰਟੀ ਤੁਹਾਨੂੰ ਮਿਲੀ ਹੈ ਭਾਵੇਂ ਪੂਰੇ ਪੰਥ ਦੀ ਪ੍ਰਵਾਨਗੀ ਨਹੀਂ ਸ਼੍ਰੋਮਣੀ ਕਮੇਟੀ ਨੇ ਬਣਾਇਆ ਪਰ ਕਿਉਂਕਿ ਉੱਥੇ ਤੁਸੀਂ ਬੈਠੇ ਹੋ ਉਸ ਮਕਾਮ ਤੇ ਬੈਠੇ ਹੋ ਤੁਹਾਡੇ ਵੱਲ ਦੇਖਿਆ ਜਾ ਰਿਹਾ ਹੈ ਦੂਸਰੀ ਗੱਲ ਕੱਲਾ ਜਿਹੜੀ ਹੈ ਜਗਤਾਰ ਜੀ ਉਥੇ ਮੇਰੇ ਕੋਲ ਜਿਹੜੀਆਂ ਆ ਤੁਹਾਡਾ ਕੈਮਰਾਮੈਨ ਵੀ ਦਿਖਾ ਸਕਦਾ ਕਿ ਉਥੇ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਇਹ ਇਹ ਉਥੋਂ ਮੈਨੂੰ ਕਿਸੇ ਨੇ ਸਿੱਖ ਨੇ ਮਤਲਬ ਜਿਹੜਾ ਭੇਜੇ ਨੇ ਇਹ ਉਥੇ ਦਾ ਵੋਟਰ ਬਣ ਰਿਹਾ ਹੈ ਹਰਿਆਣੇ ਦਾ ਜਿਹੜਾ ਸਿੱਖ ਨਹੀਂ ਆਪੂ ਆ ਤੁਸੀਂ ਦੇਖ ਲਓ ਇਹ ਉਥੇ ਦਾ ਫਾਰਮ ਜਿਹੜਾ ਹੈਗਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਤਲਬ ਇਹ ਜਿਹੜਾ ਆ ਬਿਲਕੁਲ ਅਵੇਦਨ ਪੱਤਰ ਹੈ ਜਿਹੜਾ ਉਹਦੇ ਲਈ ਬਣਾਇਆ ਜਾ ਰਿਹਾ ਹੈ ਨਾਮ ਕੀ ਲਿਖਾਇਆ ਇਹਦੇ ਜੀ ਇਹ ਨਾਮ ਬਲਦੇਵ ਸਿੰਘ ਐਸ ਸਰਜੀਤ ਸਿੰਘ ਹੈ ਤਾਂ ਮਤਲਬ ਉਹ ਉਹ ਹੀ ਹੈ ਸਿੱਖ ਪਰਿਵਾਰ ਚੋਂ ਲੇਕਿਨ ਮੋਨਾ ਵਾਸੋਂ ਹਾਂ ਤੇ ਆ ਹੈਗਾ ਮਤਲਬ ਜਿਹੜਾ ਕੋਈ ਹੈ ਇਹ ਮਤਲਬ ਦਾੜੀ ਕੱਟਣ ਵਾਲਾ ਤੋਂ ਜਿਹੜੀਆਂ ਡੇਰੇ ਪ੍ਰੇਮੀ ਦੀਆਂ ਚਲੋ ਇੱਕ ਵੱਖਰਾ ਵਿਸ਼ਾ ਕਿਉਂਕਿ ਜਦੋਂ ਕਿਉਂਕਿ ਇੱਕ ਕਾਨੂੰਨ ਆ ਕਾਨੂੰਨ ਨੇ ਕਹਿ ਦਿੱਤਾ ਵੀ ਤੁਸੀਂ ਇਹ ਸਾਡੀ ਡਿਮਾਂਡ ਸੀ ਵੀ VOTER ਸਾਬਤ ਸੂਰਤ ਹੋਣਾ ਚਾਹੀਦਾ ਉਹ ਸਾਬਤ ਸੂਰਤ ਹੋ ਗਿਆ ਤੇ ਹੁਣ ਸਾਬਤ ਸੂਰਤ ਹੀ VOTER ਹੈ ਹੁਣ ਉਹਦਾ ਕੀ ਕੈਰੈਕਟਰ ਹੈ VOTER ਦਾ ਇਹ ਤਾਂ ਦੇਖਿਆ ਨਹੀਂ ਜਾ ਸਕਦਾ ਉਹ ਕਿੱਥੇ ਜੁੜਿਆ ਹੈ ਇਹਦੇ ਹੱਲ ਇਹਦਾ ਹੱਲ ਹੁਣ ਤੁਸੀਂ VOTER ਤੋਂ ਨਹੀਂ ਕੱਟ ਸਕਦੇ ਇਹਦੇ ਹੱਲ ਹੀ ਤੁਸੀਂ ਵੋਟਰ ਨੂੰ ਕਟਾਰੇ 'ਚ ਨਹੀਂ ਘੜ ਸਕਦੇ ਇਹਦੇ ਹੱਲ ਹੀ ਤੁਹਾਨੂੰ ਉਮੀਦਵਾਰ ਨੂੰ ਕਟਾਰੇ 'ਚ ਖੜਾ ਕਰਨਾ ਪਊਗਾ ਕਿ ਲੜਨ ਵਾਲਾ ਕੌਣ ਆ ਹੂੰ ਹੂੰ ਲੜਨ ਵਾਲੇ ਦਾ ਖਾਲਸਾ ਪੰਥ ਦੇ ਲਈ ਸ਼੍ਰੋਮਣੀ ਕਮੇਟੀ ਲਈ ਲੜਨ ਵਾਲਾ ਕਿਤੇ ਜਿੱਤ ਕੇ ਖਤਰਨਾਕ ਤਾਂ ਨਹੀਂ ਸਾਬਤ ਹੋ ਸਕਦਾ ਉਹ ਕਿਸੇ ਡੇਰੇ ਨਾਲ ਤਾਂ ਨਹੀਂ ਜੁੜਿਆ ਹੋਇਆ ਉਹ ਕਿਸੇ ਪੰਥ ਵਿਰੋਧੀ ਵਿਅਕਤੀ ਨਾਲ ਤਾਂ ਨਹੀਂ ਜੁੜਿਆ ਹੋਇਆ ਕੀ ਉਹਨੇ ਕੋਈ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਭਾਗ ਤਾਂ ਨਹੀਂ ਲਿਆ ਹੋਇਆ ਜਾਂ ਉਹ ਸਿਰਫ ਲੜਨ ਲਈ ਹੀ ਤਾਜਾ ਸਿੱਖ ਤਾਂ ਨਹੀਂ ਬਣਿਆ ਇਹ ਪੈਮਾਨੇ ਕੌਣ ਤੈਅ ਕਰੂਗਾ ਇਹ ਕਾਨੂੰਨ ਨੇ ਤੈਅ ਨਹੀਂ ਕਰਨੇ ਇਹ ਧਰਮ ਨੇ ਤੈਅ ਕਰਨੇ ਨੇ ਇਹਦੇ ਲਈ ਬਿਆਨ ਦੇ ਕੇ ਨਹੀਂ ਸਰਨਾ ਇਹਦੇ ਲਈ ਪਰਫਾਰਮਾ ਬਣਾਓ ਅਕਾਲ ਤੱਕ ਸਭ ਤੋਂ ਬਣੇ ਤੇ ਦੇਖੋ ਜਿੱਥੇ ਜਦੋਂ ਤੁਸੀਂ ਇੱਕ ਕ੍ਰਾਈਟੇਰੀਆ ਤੈਅ ਕਰ ਦੋਗੇ ਵੀ ਆ ਨਹੀਂ ਹੋਣਾ ਚਾਹੀਦਾ ਲੜਨ ਵਾਲਾ ਆ ਨਹੀਂ ਹੋਣਾ ਚਾਹੀਦਾ ਆ ਨਹੀਂ ਹੋਣਾ ਚਾਹੀਦਾ ਆ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਇਹੋ ਜਿਹਾ ਬੰਦਾ ਕਾਗਜ਼ ਭਰੂਗਾ ਸਭ ਤੋਂ ਪਹਿਲਾਂ ਇੱਕ ਮਿੰਟ ਜੀ ਤੁਹਾਡੇ ਕੋਲ ਉਹਦੀ ਰਿਪੋਰਟ ਆ ਜਣੀ ਹੈ ਵੀ ਆਹ ਬੰਦਾ ਜਿਹੜਾ ਖੜ ਗਿਆ ਜੀ ਚਾਹੇ ਉਹ ਆਜ਼ਾਦੇ ਖੜ ਗਿਆ ਮੈਂ ਨਹੀਂ ਕਹਿੰਦਾ ਮੈਂ ਲੜਨ ਵਾਲਾ ਕਹਾਂ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਲੜਨ ਵਾਲੇ ਦੀ ਗੱਲ ਕਰਦਾ ਜਿਹੜਾ ਉਮੀਦਵਾਰ ਬਣ ਗਿਆ ਭਾਵੇਂ ਆਜ਼ਾਦ ਵੀ ਖੜ ਗਿਆ ਤੁਹਾਡੇ ਕੋਲ ਆ ਗਈ ਤੁਸੀਂ ਉਹਨੂੰ ਸੱਦਾ ਦਿਓ ਵੀ ਆਪਾਂ ਇਹਦਾ ਪੱਖ ਦੇ ਆ ਕਿ ਤੇਰੇ ਤੇ ਹੈ ਉਹ ਨਹੀਂ ਆਉਂਦਾ ਜਾਂ ਉਹਦਾ ਪੱਖ ਨਹੀਂ ਆਉਂਦਾ ਤੁਸੀਂ ਇੱਥੋਂ ਇਹ ਬਿਆਨ ਜਾਰੀ ਕਰ ਦੋ ਕਿ ਇਹ ਬੰਦਾ ਲੜਨ ਦਾ ਅਧਿਕਾਰ ਨਹੀਂ ਇਹਨੂੰ ਵੋਟ ਨਾ ਦਿੱਤੀ ਜਾਵੇ ਮੈਂ ਗਰੰਟੀ ਦਿੰਦਾ ਕਿਹੜਾ ਸਿਕ ਵੋਟ ਪਾ ਦੂਗਾ ਜੀ ਉਹਨੂੰ ਇਸ ਕਰਕੇ ਇਹ ਦੋ ਅਸੀਂ ਕਿਉਂਕਿ ਫਸ ਚੁੱਕੇ ਹਾਂ ਸਾਡਾ ਧਰਮ ਜਿਹੜਾ ਕਾਨੂੰਨ ਦੇ ਚੁੰਗਲ ਦੇ ਵਿੱਚ ਫਸਾ ਦਿੱਤਾ ਗਿਆ 100 ਸਾਲ ਪਹਿਲਾਂ ਉਹਦੇ ਕਾਰਨ ਕੁਝ ਵੀ ਰਹਿ ਹੁਣ ਇਸ ਲਈ ਸਾਡੇ ਲਈ ਹੁਣ ਵਕਤ ਆਈ ਹੈ ਕਿ ਸਾਨੂੰ ਸਿਆਣਫ ਨਾਲ ਕਿਤੇ ਅਸੀਂ ਕਾਨੂੰਨ ਦੇ ਜਿੱਥੇ ਜਾ ਕੇ ਫਸ ਚੁੱਕੇ ਹਾਂ ਉਹਦੇ ਨਾਲੋਂ ਅਸੀਂ ਬਹੁਤ ਕੁਝ ਗਵਾ ਚੁੱਕੇ ਹਾਂ ਅੱਜ ਸਾਡੇ ਕੋਲ ਹਰਿਆਣੇ ਦੇ ਵਿੱਚ ਬਣਨੀ ਹੈ ਇਦਾਂ ਦੇ ਤੇ ਪੰਜਾਬ ਦੇ ਵਿੱਚ ਬੜੇ ਘੋਨੇ ਮੁੰਨੇ ਦੀ ਬਣ ਜਾਂਦੀ ਇਦਾਂ ਦੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਗਏ ਨੇ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਵੀ ਹੋਣਗੇ ਉਹਨਾਂ ਦੇ ਨਿਆਣੇ ਵੀ ਘੋਨੇ ਮੁੰਨੇ ਹੈਗੇ ਜੀ ਨਹੀਂ ਦੇਖੋ ਜਿਹੜਾ ਹੁਣ ਵੋਟ ਬਣਨੀ ਹੈ ਇਹਦਾ ਪਰ ਇਹਦਾ ਹੁਣ ਦੇਖੋ ਸਰਕਾਰ ਲੱਗੀ ਹੋਈ ਹੈ ਨਾ ਅੱਗੇ ਘੋਨੇ ਮੁੰਨੇ ਦੀ ਅੱਗੇ ਸਰਕਾਰ ਹੁੰਦੀ ਸੀ ਸਰਕਾਰ ਨਹੀਂ ਚੋਣਨੀ ਕਮੇਟੀ ਲੜਨੀ ਹੁੰਦੀ ਸੀ ਪੰਜਾਬ ਦੇ ਵਿੱਚ ਅਸੀਂ ਇਸ ਬਾਰੇ ਸਮਝਦੇ ਆ ਵੀ ਚਲੋ ਜਿਹੜੀ ਸਰਕਾਰ ਹੈ ਉਹ ਕਿਉਂਕਿ ਉਹਦਾ ਕੋਈ ਲੈਂਡ ਰੈਨ ਨਹੀਂ ਹੋ ਸਕਦਾ ਅਸੀਂ ਉਮੀਦ ਰੱਖਦੇ ਆ ਵੀ ਉਹ ਨਿਰਪੱਖਤਾ ਨਾਲ ਵੋਟਾਂ ਬਣਾਵੇ ਮੈਂ ਇਸ ਕਰਕੇ ਕਹਿ ਰਿਹਾਗਾ ਫਿਰ ਤੇ ਪੰਜਾਬ ਦੇ ਵਿੱਚ ਵੀ ਕਿਉਂਕਿ ਤੋਂ ਹਰਿਆਣਾ ਸੈਪਰੇਟ ਸਟੇਟ ਹੈ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਕੋਈ ਪ੍ਰਬੰਧਕ ਕਮੇਟੀ ਕਹੇ ਕਿ ਅਸੀਂ ਜਿਹੜੀਆਂ ਵੀ ਪਾਰਟੀਆਂ ਲੜਨੀਆਂ ਹਨ ਚਾਹੇ ਉਹ ਜਾਤ ਤੌਰ ਤੇ ਲੜਨ ਜਾਂ ਕੋਈ ਹੋਰ ਤੜਾ ਲੜੇ ਚਾਹੇ ਸ਼੍ਰੋਮਣੀ ਕਹੇ ਕਿ ਟਿਕਟ ਇਸੀ ਉਹਨਾਂ ਨੂੰ ਦੇਣੀ ਹੈ ਜਿਨ੍ਹਾਂ ਦੇ ਬੱਚੇ ਵੀ ਸਾਫ ਸੂਰਤ ਹੋਣ ਫਿਰ ਤੇ ਗੱਲ ਹੀ ਖਤਮ ਹੋ ਜਾਊਗੀ ਜੀ ਫਿਰ ਇਹ ਸ਼੍ਰੋਮਣੀ ਕਮੇਟੀ ਨਹੀਂ ਤੈਅ ਕਰ ਸਕਦੀ ਇਹ ਤੈਅ ਕਰੂਗਾ ਕੱਲ ਤ ਮੈਂ ਜਿਹੜੀ ਗੱਲ ਕਹੀ ਹੈ ਉਹ ਮਤਾ ਤੇ ਪਾਸ ਕਰ ਸਕਦੀ ਨਹੀਂ ਉਹ ਉਹਨਾਂ ਨੇ ਮਤਾ ਕੀ ਕਰਨਾ ਜਿਹੜੀ ਜਿਹੜੀ ਹੁਣ ਮੌਜੂਦਾ ਐਗਜ਼ੈਕਟਿਵ ਹੈ ਮੈਂ ਜਗਤਾਰ ਜੀ ਕੋਸ਼ਿਸ਼ ਰੱਖਦਾ ਹੁੰਨਾ ਕਿ ਮੈਂ ਵਿਅਕਤੀਗਤ ਕਿਸੇ ਤੇ ਨਾਂ ਉਂਗਲ ਠਾਵਾ ਕਿਉਂਕਿ ਇਹ ਚੰਗਾ ਨਹੀਂ ਹੁੰਦਾ ਤੁਸੀਂ ਕਿਸੇ ਬਾਰੇ ਕੁਝ ਬੋਲਦੇ ਹੋ ਤਾਂ ਉਹਨੂੰ ਮਾਨਸਿਕ ਤੌਰ ਤੇ ਪੀੜਾ ਵੀ ਹੁੰਦੀ ਹੈ ਭਾਵੇਂ ਤੁਸੀਂ ਚੋਰ ਵੀ ਆ ਉਹਨੂੰ ਵੀ ਕਹੋ ਨਾ ਚੋਰ ਉਹਨੂੰ ਵੀ ਤਕਲੀਫ ਹੁੰਦੀ ਹੈ ਭਾਵੇਂ ਉਹਨੇ ਕੰਮ ਗਲਤ ਵੀ ਕੀਤਾ ਹੁੰਦਾ ਫਿਰ ਇੱਕ ਤੁਹਾਡੀ ਆਪਣਾ ਲਾਈਨ ਹੁੰਦੀ ਆ ਮੇਰੇ ਪਿੱਛੇ ਮੇਰੇ ਪਿਤਾ ਦੀ ਵਿਰਾਸਤ ਆ ਅਸ ਵਕਤ ਦੀ ਐਗਜ਼ੈਕਟਿਵ ਦੇ ਵਿੱਚ ਮੈਂ ਰਿਸਰਚ ਕੀਤੀ ਆ ਕਈ ਮੈਂਬਰ ਅਜਿਹੇ ਨੇ ਜਿਨ੍ਹਾਂ ਦੇ ਪੋਤੇ ਵੀ ਪੁੱਤ ਵੀ ਤੇ ਪੋਤੇ ਵੀ ਜਿਹੜੇ ਘੋਨਮੌਣ ਨੇ ਜਿਨ੍ਹਾਂ ਨੇ ਆਲੂ ਮੰਗ ਮੂੰਹ ਛੱਲੇ ਹੋਏ ਨੇ ਤੁਸੀਂ ਇਹ ਮੈਨੂੰ ਇਹ ਦੱਸੋ ਵੀ ਉਹ ਬਹਿ ਜਾਂਦੇ ਨੇ ਆ ਕੇ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਉਹ ਫੈਸਲੇ ਕਰਦੇ ਨੇ ਸਾਡੀਆਂ ਕੌਮ ਦੀਆਂ ਤਕਦੀਰਾਂ ਦੇ ਉਹ ਫੈਸਲੇ ਕਰਦੇ ਨੇ ਸਾਡੇ ਗੁਰਸਿੱਖ ਮੁਲਾਜ਼ਮਾਂ ਦੇ ਕਿ ਜਿਸ ਬੰਦੇ ਨੂੰ ਦਸਮ ਪਾਸ਼ਾ ਦੇ ਐਡੌਲੀ ਦੇ ਵਿੱਚ ਇਹ ਗੱਲ ਹੈ ਮਾਰਾ ਸਾਹਿਬ ਨੇ ਤਾਂ ਸਪਸ਼ਟ ਇਹ ਗੱਲ ਆਪਣੇ ਬਚਨਾਂ ਰਾਹੀਂ ਕੀਤੀ ਹੋਈ ਆ ਕਿ ਅਵਰੇ ਕੋ ਉਪਦੇਸ਼ ਤੇ ਪਛਤਾوه ਪ੍ਰਬੋਧ ਨਾ ਲੱਗ ਤੂੰ ਦੂਜੇ ਨੂੰ ਕਹੇ ਤੇ ਤੈਨੂੰ ਹੱਕ ਕੀ ਹੈ ਜੇ ਤੂੰ ਆਪ ਨਹੀਂ ਉਸ ਗੱਲ ਦੇ ਉੱਤੇ ਖਰਾ ਉਤਰਦਾ ਮੈਂ ਕਹਿਣਾ ਕਿ ਜਿਸ ਸ਼੍ਰੋ ਕਮ ਸੇ ਕਮ ਮੈਂ 19 ਤਰੀਕ ਨੂੰ ਐਗਜ਼ੈਕਟਿਵ ਦੇ ਵਿੱਚ ਵੀ ਹੁਣ ਇਹਨਾਂ ਨੂੰ ਆਖਰੀ ਇਹ ਗੱਲ ਕਹਿ ਕੇ ਆਉਣੀ ਆ ਉਹ ਹੋਰ ਨਹੀਂ ਕੁਝ ਕਰ ਸਕਦੇ ਤੁਹਾਨੂੰ 15 ਬੰਦੇ ਦਾ ਲੱਭ ਲੋ 150 ਦੇ ਵਿੱਚੋਂ ਭਾਵੇਂ ਸਾਡੇ ਆਪੋਜੀਸ਼ਨ ਵਾਲਿਆਂ ਦੇ ਵਿੱਚ ਮੈਂ ਹੀ ਨਹੀਂ ਕਹਿੰਦਾ ਵੀ ਸਾਡੇ ਵਿੱਚ ਨਹੀਂ ਹੋਣਗੇ ਸਾਡੇ ਵਿੱਚ ਵੀ ਹੋਣਗੇ ਬਿਕ ਕਮ ਸੇ ਕਮ 15 ਹੋ ਤਾਂ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸਿੱਖੀ ਹੋਵੇ ਜਿਹੜਾ ਬੰਦਾ ਆਪਣਾ ਘਰ ਨਹੀਂ ਸਵਾਰ ਸਕਦਾ ਆਪਣੇ ਨਿਆਣੇ ਕੰਟਰੋਲ ਨਹੀਂ ਕਰ ਸਕਦਾ ਉਹਨਾਂ ਨੂੰ ਨਹੀਂ ਦੱਸ ਸਕਿਆ ਅਜੇ ਤੱਕ ਬੁਢਾ ਹੋ ਗਿਆ 70 ਸਾਲ ਦਾ ਕਿ ਦਸਮ ਪਤਸ਼ਾ ਨੇ ਸਹਿਬਜ਼ਾਦਿਆਂ ਨੇ ਆਪਣੇ ਸੀਸ ਕਿਉਂ ਕੁਰਬਾਨ ਕਰ ਦਿੱਤੇ ਬਾਬਾ ਫਤਿਹ ਸਿੰਘ ਨੇ ਛੋਟੀ ਉਮਰ ਦੇ ਵਿੱਚ ਕਿਉਂ ਆਪਣੇ ਆਪ ਨੂੰ ਕਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ ਉਹ ਬੋਲ ਪੜੋ ਉਹਨਾਂ ਨੇ ਕਿਹਾ ਸੱਦ ਸਾਲ ਔਰ ਜੀਕੇ ਮਰਨਾ ਜ਼ਰੂਰ ਥਾ ਸਿਰ ਕੌਮ ਸੇ ਸ਼ਮਾਨਾ ਜੀ ਗੈਰਤ ਤੇ ਦੂਰ ਥਾ ਕਹਿੰਦੇ ਸੂਬਿਆ ਸਾਨੂੰ ਤੂੰ ਇਹ ਗੱਲ ਕਹਿ ਦੇਵੇਂ ਆ ਤੂੰ ਰਤਵੇ ਮਰਾਤਵੇ ਦੇ ਦੇਵੇਂ ਅਸੀਂ ਕਿੰਨਾ ਚਿਰ ਜੀਵਾਂਗੇ ਕਹਿੰਦੇ ਜੀ ਕਾਲ ਯੁਗ ਦੀ ਉਮਰ ਹੈ 100 ਸਾਲ ਬਾਅਦ ਤੋਂ ਬਾਅਦ ਕਹਿੰਦੇ 100 ਸਾਲ ਤੋਂ ਬਾਅਦ ਕਹਿੰਦੇ ਜਦੋਂ ਫਿਰ ਇੱਕ ਦਿਨ ਮਰਨਾ ਹੀ ਆ ਫਿਰ ਅਸੀਂ ਅੱਜ ਆਪਣੀ ਕੌਮ ਨਾਲ ਧੋਖਾ ਕਿਉਂ ਕਰੀਏ ਜਿਹੜੇ ਬੰਦੇ ਆਪਣੇ ਬੱਚਿਆਂ ਨੂੰ ਅੱਜ ਤੱਕ ਇਹ ਨਹੀਂ ਦੱਸ ਸਕੇ ਓਏ ਤੁਹਾਡੇ ਬਾਸ ਦੇ ਦਸਮ ਪਾਤਸ਼ਾਹ ਦੇ ਸਾਹਿਬ ਜਾਦੇ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਸਰਹੰਦ ਦੀਆਂ ਦੀਵਾਰਾਂ ਖੜੀਆਂ ਕਰਕੇ ਈਟਾਂ ਦੀਆਂ ਦੁਵਾਰਾ ਨਹੀਂ ਇਹ ਅਸਲ ਦੇ ਵਿੱਚ ਸਾਡੀ ਧਰਮ ਦੀ ਦੀਵਾਰ ਆ ਮੈਂ ਕਹਿਣਾ ਹੁਣਾ ਕਿ ਦਸਮ ਪਾਤਸ਼ਾਹ ਦੇ ਸਭ ਤੋਂ ਛੋਟੇ ਸਹਬਜ਼ਾਦੇ ਨੇ ਉਹਨਾਂ ਦੀ ਸ਼ਹਾਦਤ ਹੋਈ ਤੇ ਮੁਗਲਿਆ ਸਲਤਨਤ ਦੀ ਰਾਜ ਪਟਿਆ ਗਿਆ ਉਹਦਾ ਤੁਸੀਂ ਤੱਥ ਦੇਖੋ ਜਦੋਂ ਨੂਰਾ ਮਾਹੀ ਜਾ ਕੇ ਦੱਸਦਾ ਦਸਮ ਪਾਤਸ਼ਾਹ ਨੂੰ ਕਿ ਸਤਿਗੁਰੂ ਜੀ ਇਸ ਤਰ੍ਹਾਂ ਸਹਬਜ਼ਾਦਿਆਂ ਦੇ ਨਾਲ ਬੀਤੀ ਜਦੋਂ ਬਾਬਾ ਫਤੇਹ ਸਿੰਘ ਸਾਹਿਬ ਦੀ ਸ਼ਹਾਦਤ ਦੀ ਗੱਲ ਹੁੰਦੀ ਆ ਇਤਿਹਾਸ ਕਹਿੰਦਾ ਉਸ ਤੋਂ ਬਾਅਦ ਦਸਮ ਪਾਤਸ਼ਾਹ ਨੇ ਤੀਰ ਦੀ ਨੋਕ ਦੀ ਨਾਲ ਉਹ ਕੈਦ ਆਜ ਤੋਂ ਬਾਅਦ ਇਹ ਰਾਜ ਦੀ ਇੱਥੋਂ ਜੜ ਪੱਟੀ ਗਈ ਤੇ ਉਹ ਜੜ ਪੱਟੀ ਸੀ ਦਸਮ ਪਾਤਸ਼ਾਹ ਦੇ ਸਭ ਤੋਂ ਛੋਟੇ ਸਹਬਜ਼ਾਦੇ ਦੀ ਕੁਰਬਾਨੀ ਨਾਲ ਤੋ ਜਿਹੜੇ ਬੰਦੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸ ਸਕਿਓ ਜੇ ਤੁਸੀਂ ਜੀ ਰਹੇ ਹੋ ਤੇ ਸਿਰਫ ਦਸਮ ਪਾਤਸ਼ਾਹ ਦੇ ਬੱਚਿਆਂ ਦੀ ਕੁਰਬਾਨੀ ਦੇ ਕਾਰਨ ਜੀ ਰਹੇ ਹੋ ਉਹਨਾਂ ਨੂੰ ਕੀ ਹੱਕ ਆ ਕਿਉਂ ਕੌਮ ਨੂੰ ਅਗਵਾਈ ਦੇਣ ਮਸਲਾ ਨਿੱਜੀ ਤੌਰ ਤੇ ਤੁਸੀਂ ਪੰਜ ਤਖਤਾਂ ਦੇ ਜਥੇਦਾਰ ਸਬਾਨ ਨੂੰ ਜਾਂ ਸ਼੍ਰੀ ਕਾਲ ਚੀਬਾ ਦੇ ਜਥੇਦਾਰ ਨੂੰ ਕਹਿ ਸਕਦੇ ਕਿ ਹੁਣ ਇਹ ਦੁਬਾਰਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ ਤੇ ਤੁਸੀਂ ਇੱਕ ਹੁਕਮਨਾਮਾ ਵੈਸੇ ਤੇ ਬਹੁਤ ਸਾਰੇ ਹੁਕਮਨਾਮੇ ਪੋਲਿਟੀਕਲ ਹੁੰਦੇ ਨੇ ਪਰ ਆ ਕੌਮ ਦੀ ਖਾਤਰ ਹੁਕਮਨਾਮਾ ਜਾਰੀ ਕਰ ਦੋ ਕਿ ਕੋਈ ਵੀ ਪਾਰਟੀ ਚਾਹੇ ਉਹ ਜਾਤ ਤੌਰ ਦੇਲੇ ਉਹ ਹੈ ਜਿਹੜੀ ਘੱਟੂ ਘੜੇ ਦੇ ਪੋਤੇ ਵੀ ਸਿੱਕੀ ਸੁਰ ਵਾਲੇ ਹੋਣ ਕੋਈ ਚੋਣਾਂ ਲੜਨ ਦੇ ਨਾਲ ਲੜਨਾ ਬਿਲਕੁਲ ਜੀ ਮੈਂ ਤਾਂ ਇਹ ਕਹਿਣਾ ਵੀ ਦੇਖੋ ਬਹੁਤ ਸਾਰੇ ਜਿਹੜੇ ਸਾਡੇ ਵੱਡੇ ਫੈਸਲੇ ਹੋਏ ਨੇ ਕੌਮ ਦੇ ਉਥੋਂ ਐਗਜ਼ੀਕਟਿਵ ਹੋਏ ਨੇ ਜਦੋਂ ਖਾਸ ਕਰਕੇ ਜਿਹੜੇ ਪ੍ਰਬੰਧ ਤੇ ਸਿਧਾਂਤ ਨਾਲ ਜੁੜੇ ਵੀ ਗੱਲ ਹੁੰਦੀ ਆ ਉਹਦੇ ਉੱਤੇ ਐਗਜ਼ੀਕਟਿਵ ਦਾ ਵੀ ਕਾਪੜਾ ਰੋਲ ਰਹਿੰਦਾ ਹੈ بڑے ਫੈਸਲੇ ਨੇ ਪਿਛਲੇ ਸਮੇਂ ਦੇ ਵਿੱਚ ਇਹ ਫੈਸਲੇ ਨੂੰ ਐਗਜ਼ੀਕਟਿਵ ਪਾਸ ਕਰੇ ਪਹਿਲਾਂ ਐਗਜ਼ੀਕਟਿਵ ਪਾਸ ਕਰਕੇ ਉਹ ਭੇਜ ਦੇਵੇ ਉਥੋਂ ਉਹ ਇਸ ਗੱਲ ਨੂੰ ਪ੍ਰਵਾਨ ਕਰ ਲੈਣ ਕ੍ਰਾਈਟੇਰੀਆ ਬਣਾ ਲੈਣ ਜਾਂ ਉਹ ਐਗਜ਼ੀਕਟ ਨੂੰ ਭੇਜ ਦੇਣ ਵੀ ਭਾਈ ਦੱਸੋ ਕੀ ਹੋਣਾ ਚਾਹੀਦਾ ਸਾਹਮਣੇ ਖਤਰਾ ਤੁਹਾਡਾ ਹੀ ਸਾਡਾ ਹੀ ਇੱਕ ਸਾਥੀ ਜਦੇਦਾਰ ਕਹਿ ਰਿਹਾ ਵੀ ਡੇਰੇ ਵਾਲੀਆਂ ਦੀਆਂ ਵੋਟਾਂ ਬਣ ਗਈਆਂ ਤੇ ਜੇ ਤੁਸੀਂ ਇਹ ਕਹਿ ਕੇ ਵੀ ਕੁਝ ਨਹੀਂ ਕਰ ਰਹੇ ਫਿਰ ਤੁਹਾਡੇ ਕਹਿਣ ਦਾ ਕੀ ਫਾਇਦਾ ਮੈਨੂੰ ਇਹ ਗੱਲ ਦੱਸੋ ਜੀ ਅੱਜ ਮੈਂ ਕੋਈ ਗੱਲ ਤੁਹਾਨੂੰ ਕਹਿ ਰਿਹਾ ਤੇ ਉਸ ਗੱਲ ਬਾਰੇ ਮੈਂ ਕਰ ਕੁਝ ਨਹੀਂ ਰਿਹਾ ਤਾਂ ਫਿਰ ਇਹ ਕਹਿਣ ਦਾ ਕੀ ਫਾਇਦਾ ਹੋਇਆ ਫਿਰ ਸਿਰਫ ਅਸੀਂ ਕੋ ਵੀ 2 ਘੰਟੇ ਬ੍ਰੇਕਿੰਗ ਨਿਊਜ਼ ਲੈਣੀ ਹੈ ਅੱਛੇ ਖੂਬ ਸਵਾਲ ਜਿਹੜਾ ਬੀਤੇ ਦਿਨ ਪੰਤਕਾਂ ਦੇ ਸਬਾਨ ਇਕੱਠੇ ਹੋਏ ਉਹਦੇ ਵਿੱਚ ਬਹੁਤ ਸਾਰੇ ਫੈਸਲੇ ਲਏ ਇੱਕ ਚਾਰ ਬਿਠਿੰਡਾ ਜਿਹੜਾ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਵਾਇਆ ਤੋ ਕਮੇਟੀ ਨੇ ਅਜੋਕਰਾ ਦਿੱਤਾ ਇੱਕ ਖਾਸ ਕਰੇ ਜਿਹੜਾ ਮਤਵ ਪੂਰਨ ਜਿਹੜਾ ਉਹਦੇ ਚ ਕਿ ਬੀਚਾਂ ਦੇ ਸਮੁੰਦਰ ਦੇ ਕੰਢਾਂ ਦੇ ਰਿਜ਼ੋਰਟਾਂ ਦੇ ਮਹਾਰਾਜ ਰੂਪ ਲੈ ਕੇ ਜਾਂਦਾ ਉਸ ਤੇ ਵੀ ਪੁਨਰੂਪ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ ਤੋ ਲੱਗਦਾ ਕਿ ਜਿਹੜਾ ਸ਼ੋਸ਼ਾ ਹੀ ਲੋਕਾਂ ਨੇ ਜਾਂ ਅਮੀਰਾਂ ਦਾ ਸ਼ੌਂਕ ਸੀ ਉਹ ਪਹਿਲਾਂ ਲੈ ਲੈਣਾ ਚਾਹੀਦਾ ਸੀ ਫੈਸਲਾ ਕਿ ਜੇ ਜੈ ਸ਼ਰੋਗਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਰਤ ਸੀ ਬਾ ਚਾਹੀਏ ਕਿ ਜਿਹੜਾ ਜਥੇਦਾਰ ਸਾਹਿਬ ਨੂੰ ਸ਼ਿਕਾਇਤਾਂ ਭੇਜੀਆਂ ਨੇ ਇਦੇ ਲਈ ਮੈਂ ਸੋਚਦਾ ਕਿ ਇਕੱਲਾ ਆਪਾਂ ਮੈਂ ਸ਼੍ਰੋਮਣੀ ਕਮੇਟੀ ਜਾਂ ਤਖਤਾ ਨੂੰ ਇਹਨਾਂ ਦੇ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਨਹੀਂ ਸਮਝਦਾ ਕਿਉਂਕਿ ਇਹਦੇ ਬਾਰੇ ਬੜਾ ਸਪਸ਼ਟ ਫੈਸਲਾ ਜਹਦਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਤਕਰੀਬਨ 1998 ਚ ਕਰ ਦਿੱਤਾ ਸੀ ਕਿ ਮੈਰਿਜ ਪੈਲਸ ਵਿੱਚ ਹੋਟਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਏਗਾ ਲਗਭਗ ਉਹ ਇਹੀ ਸੀ ਜੋ ਕੁਝ ਹੋ ਰਿਹਾ ਹੈ ਇਹਦੇ ਲਈ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿੱਥੋਂ ਜਾ ਕੇ ਉਹ ਅਮੀਰ ਇਹ ਚੋਚ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਦੇ ਰੂਪ ਦੇ ਵਿੱਚ ਬਣਾਉ ਦਿੰਨੇ ਮੈਂ ਸਮਝਦਾ ਕਿ ਉਹਨਾਂ ਦਾ ਵੇਸਲਾ ਪਾਣਾ ਉੱਥੋਂ ਦੇ ਪ੍ਰਬੰਧਕਾਂ ਦਾ ਵੇਸਲਾ ਪਾਣਾ ਤੇ ਜੇ ਹੁਣ ਇੰਨੀਆਂ-ਇੰਨੀਆਂ ਗੱਲਾਂ ਲਈ ਵੀ ਸ਼੍ਰੋਮਣੀ ਕਮੇਟੀ ਜਾਂ ਹਰ ਗੱਲ ਕਾਲ ਤਖਤ ਨੂੰ ਕਰਨੀ ਪਊਗੀ ਤਾਂ ਫਿਰ ਸਾਡਾ ਬਾਲੀਵੁੱਡਸ ਕੌਣ ਸਾਨੂੰ ਆਪਣੇ ਆਪ ਨੂੰ ਕੋਈ ਪਤਾ ਨਹੀਂ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਿਵੇਂ ਬਰਕਰਾਰ ਰੱਖਣਾ ਜਿਹੜੀ ਕਮੇਟੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਥੇ ਰਵਾਨਾ ਕਰਦੀ ਹੈ ਵਿਚ ਵਾਸਤੇ ਕਿ ਉਹਨਾਂ ਨੂੰ ਇੰਨੀ ਵੀ ਅਕਲ ਤੇ ਸੈਂਸ ਨਹੀਂ ਰਹਿੰਦੀ ਹੈਗੀ ਵੀ ਅਸੀਂ ਸਰੂਪ ਕਿੱਥੇ ਅਮੀਰ ਦੇਖੋ ਚੋਜ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਵੇ ਵਿਚ ਦੇ ਉੱਤੇ ਤੇ ਮਰਜ਼ਾਦਾ ਇਹ ਕਹਿੰਦੀ ਹੈ ਕਿ ਅਮੀਰ ਹੈ ਗਰੀਬ ਹੈ ਤੇ ਉਹਨੇ ਕੋਈ ਆਸਰਾ ਲੈਣਾ ਉਹ ਆਵੇ ਚੱਲ ਕੇ ਗੁਰੂ ਘਰ ਇਹ ਤਾਂ ਉਲਟੀ ਜਿਹੜੀ ਆ ਤੁਸੀਂ ਰੀਤ ਜਿਹੜੀ ਹੈ ਵਹਾਰ ਰਹੇ ਹੋ ਸੋ ਇਹਦੇ ਲਈ ਮੈਂ ਸਮਝਦਾ ਕਿ ਬਹੁਤ ਸਾਰੀਆਂ ਗੱਲਾਂ ਆਈਆਂ ਜਿਨ੍ਹਾਂ ਜਿਹੜੀਆਂ ਸਿੱਖਾਂ ਦਾ ਆਪਣਾ ਵੀ ਵੇਸਲਾ ਪਾਣਾ ਤੋ ਇਹਦੇ ਲਈ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਠੀਕ ਆ ਉਹਨਾਂ ਨੇ ਵੀ ਕੀਤਾ ਇਹ ਤਾਂ ਪਹਿਲੀ ਹੋਇਆ ਵਾ ਇਹ ਸਾਨੂੰ ਤਕੜੇ ਹੋ ਗਏ ਇਹਦੇ ਲਈ ਇੰਪਲੀਮੈਂਟ ਕਰਨਾ ਹੁਣ ਫੇਰ ਕੀ ਹੁੰਦਾ ਹੁਣ ਜਿਹੜੇ ਸਾਡੇ ਜਿਵੇਂ ਸਤਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਜਦੋਂ ਫੇਰ ਉਹ ਜਾ ਕੇ ਕੁਝ ਕਰਦੇ ਆ ਫੇਰ ਅਸੀਂ ਕਹਿੰਨੇ ਜੀ ਇਹ ਤਾਂ ਤਾਲੇਬਾਨ ਮੰਗ ਮਤਲਬ ਅਸੀਂ ਕਿਸੇ ਗੱਲ ਨੂੰ ਵੀ ਬੰਨਣ ਨੂੰ ਪ੍ਰਵਾਨ ਨਹੀਂ ਨਾ ਅਸੀਂ ਕਹਿੰਨੇ ਕੋਈ ਕਾਰਵਾਈ ਕਰੇ ਉਹਨੂੰ ਜੇ ਜੇ ਤੁਹਾਨੂੰ ਇੱਕ ਲਾਈਨ ਦਿੱਤੀ ਹੋਏ ਤੁਸੀਂ ਉਹਨੂੰ ਵੀ ਪ੍ਰਵਾਨ ਨਹੀਂ ਕਰਨ ਤੋ ਇਸ ਲਈ ਇਹ ਸਿੱਖਾ ਨੂੰ ਇਸ ਅਵੇਸਲੇ ਪਰਮ ਵਿਚੋਂ ਬਾਹਰ ਹੋਣਾ ਚਾਹੀਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਦਾ ਮਕਾਮ ਗੁਰੂ ਘਰ ਦਾ ਹੈ ਅੱਛਾ ਜਿਹੜਾ ਗੁਰੂ ਘਰ ਦੇ ਵਿੱਚ ਆਪਾਂ ਕਮਰਿਆਂ ਦੇ ਵਿੱਚ ਏਸੀ ਲਾਤੇ ਕਿ ਮਹਾਰਾਜ ਨੂੰ ਜੱਗ ਰੱਖ ਸਰਦੀਆਂ ਦੇ ਵੀ ਹੀਟਰ ਲਾ ਦੇਣ ਗਰਮੀਆਂ 'ਚ ਏਸੀ ਲਾ ਦੇ ਸੈਂਟ ਪਰਫਿਊਮ ਤੇ ਇਹ ਵੀ ਤੇ ਕੋਈ ਲੋੜ ਤੇ ਹੈ ਨਹੀਂ ਪਰ ਕਾਰਡ ਕੱਢੀ ਕਿ ਪਰ ਹੁਣ ਫੈਸਲਾ ਲਾ ਕੇ ਚਲੋ ਬੰਦ ਕਰ ਦਿੱਤਾ ਜਾਂ ਵੀ ਘਟੂੜਾ ਜਿਹੜੇ ਪਰਫਿਊਮ ਸੈਂਟ ਵਗੈਰਾ ਜੀ ਇਹਨੂੰ ਕਿਵੇਂ ਦੇਖਦੇ ਨੇ ਇਹ ਮੈਂ ਪਿਛਲੀ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਅ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਇਹ ਮਸਲਾ ਰੱਖਿਆ ਸੀ ਮਸਲੇ ਦੋ ਸਾਲਾਂ ਵਿੱਚ ਬਹੁਤ ਰੱਖੇ ਨੇ ਦੇਖੋ ਮੈਂ ਬਾਤ ਕੀਤਾ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ اپੋਜੀਸ਼ਨ ਸੀ ਐਸ ਜੀ ਬੀ ਸੀ ਦੀ ਉਹ ਕਿਸ ਰੂਪ ਦੇ ਵਿੱਚ ਕੰਮ ਕਰਦੀ ਸੀ ਉਹਨਾਂ ਦੇ ਦੋ ਤਰੀਕੇ ਸੀ ਜਾਂ ਤਾਂ ਨਾਰੇ ਮਾਰਦੇ ਸੀ ਜਾਂ ਫਿਰ ਉਹ ਸੱਤਾ ਦੇ ਨਾਲ ਮਿਕਸ ਹੋ ਜਾਂਦੇ ਸੀ ਮੈਨੂੰ ਇਹ ਲੱਗਿਆ ਸੀ ਦੋਨੇ ਕੰਮ ਠੀਕ ਨਹੀਂ ਹੈਗੇ ਨਾਲ ਮਿਕਸ ਹੋ ਕੇ ਚੱਲਣਾ ਫਿਰ ਤੁਹਾਡੀ اپੋਜੀਸ਼ਨ ਕਾਦੀ ਰਹੀਗੀ ਆਪਣੇ ਪੁੱਤ ਭਤੀਜਿਆ ਵਾਸਤੇ ਮਤਲਬ ਵੀ ਸਾਡਾ ਕੰਮ ਕਰ ਦਿਓ ਤੁਸੀਂ ਜੋ ਮਰਜ਼ੀ ਕਰੀ ਚੱਲੋ ਨਾਰੇ ਮਾਰਨੇ ਗੁਰੂ ਘਰ ਦੇ ਵਿੱਚ ਸਾਡੀਆਂ ਪਰੰਪਰਾਵਾਂ ਨਹੀਂ ਹੈਗੀਆਂ ਕਿਉਂਕਿ ਅਸੀਂ ਗੁਰੂ ਦੇ ਸਿੱਖ ਆ ਉਹ ਵੀ ਸਿੱਖ ਨੇ ਜਿਨ੍ਹਾਂ ਦੀ ਤੁਸੀਂ اپੋਜੀਸ਼ਨ ਕਰ ਰਹੇ ਹੋ ਤੁਸੀਂ ਵੀ ਸਿੱਖੋ ਸਾਡੇ ਹੁੰਦੇ ਨੇ ਗੁਰਮਤਾ ਜਿਹੜੀ ਸਾਡੀ ਪੰਥਕ ਪ੍ਰਣਾਲੀ ਸਾਨੂੰ ਕਹਿੰਦੀ ਹੈ ਉਹਦੇ ਮੁਤਾਬਕ ਜਿੱਥੇ ਤੁਹਾਡਾ ਅਧਰਾਜ ਹੈ ਉਹ ਕੋਈ ਗਲਤ ਹੈ ਤੁਸੀਂ ਨਹੀਂ ਕਰੋਗੇ ਤਾਂ ਮੈਂ ਬਾਹਰ ਜਾ ਕੇ ਮੇਰੀ ਮਜਬੂਰੀ ਹੈ ਮੈਂ ਕੌਮ ਨੂੰ ਦੱਸਣਾ ਮੈਂ ਇਹ ਕ੍ਰਾਈਟੇਰੀਆ ਲੈ ਕੇ ਚੱਲੇ ਆ ਇੱਕ ਨਹੀਂ ਬਹੁਤ ਸਾਰੇ ਮਸਲੇ ਜਿਹੜੇ ਅੰਦਰ ਵਹਿ ਕੇ ਹੱਲ ਹੋ ਗਏ ਜਿਹੜੇ ਬਾਹਰ ਆਉਂਦੇ ਤਾਂ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਬਦਨਾਮੀ ਦਾ ਕਾਰਨ ਸੀ ਮੈਂ ਆਪੋਜੀਸ਼ਨ ਵਿੱਚ ਐ ਪਰ ਮੈਂ ਕਦੇ ਮੈਂ ਚਾਹੁੰਨਾ ਕਿ ਦੇਖੋ ਐਡੀ ਵੱਡੀ ਸੰਸਥਾ ਦੇ ਵਿੱਚ ਅਸੀਂ ਸਿਰਫ ਆਪਣੀ ਪ੍ਰਭਤਾ ਲਈ ਮਤਲਬ ਜਿਹੜਾ ਉਛਾਲੀ ਜਾਈਏ ਗੱਲਾਂ ਵੀ ਜਿੰਨੀਆਂ ਗੱਲਾਂ ਰੋਕ ਕੇ ਠੀਕ ਕਰ ਲਓ ਜੇ ਨਹੀਂ ਠੀਕ ਹੁੰਦੀਆਂ ਫਿਰ ਤਾਂ ਪਰਫਿਊਮ ਦੀ ਕੋਈ ਲੋੜ ਹੈਗੀ ਸੀ ਹਾਂ ਉਹਦੇ ਬਾਰੇ ਮੈਂ ਇਹਨਾਂ ਨੂੰ ਇਹ ਗੱਲ ਦੇਖੋ ਜਿੱਥੋਂ ਤੱਕ ਪਰਫਿਊਮ ਦੀ ਗੱਲ ਹੈ ਅਸਲ ਵਿੱਚ ਜੜੀਆਂ ਦਾ ਪ੍ਰਾਤਨ ਰਵੈਤਾ ਉਹਦੇ ਵਿੱਚ ਅਤਰ ਦੀ ਗੱਲ ਆਉਂਦੀ ਹੈ ਅਤਰ ਬਣਦਾ ਫੁੱਲਾਂ ਤੋਂ ਤੋ ਸੇਖਾ ਆਪਣੀ ਸ਼ਰਧਾ ਨਾਲ ਫੁੱਲ ਵੀ ਭੇਟ ਕਰਦਾ ਉਹਨਾਂ ਦੇ ਵਿੱਚੋਂ ਅੱਗੇ ਅਤਰ ਆਉਣ ਲੱਗ ਗਿਆ ਤੇ ਅਤਰ ਦੀ ਜ਼ਿਕਰ ਇਤਿਹਾਸ ਵਿੱਚ ਵੀ ਆਉਂਦਾ ਹੈ ਜਿਹੜੇ ਪਰਫਿਊਮ ਨੇ ਇਹਨਾਂ ਦੇ ਵਿੱਚ ਐਲਕੋਹਲ ਪੈਂਦੀ ਹੈ ਜਿਹੜਾ ਇੱਕ ਨਸ਼ੀਲਾ ਪਦਾਰਥ ਹੈ ਔਰ ਇਹਨਾਂ ਵਿੱਚ ਕੈਮੀਕਲ ਪੈਂਦਾ ਜਿਹਨੂੰ ਕੈਮੀਕਲ ਕਿਸੇ ਵੀ ਰੂਪ ਦੇ ਵਿੱਚ ਸਾਡੇ ਲਈ ਸਾਇੰਸ ਜਿਹੜੀ ਹੈ ਡਾਕਟਰੀਆ ਪ੍ਰਭਾਵ ਨਹੀਂ ਕਰਦੀ ਤੋ ਅਸੀਂ ਉੱਥੇ ਸੰਗਤ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਇਹ ਛੜਕਾ ਤੋ ਮੈਂ ਇਹ ਕਿਹਾ ਵੀ ਤੁਸੀਂ ਇਹਦੇ ਤੇ ਪਾਬੰਦੀ ਲਾਓ ਤੇ ਇਹ ਉਹ ਫਿਰ ਸ਼੍ਰੋਮਣੀ ਕਮੇਟੀ ਨੇ ਜਦੋਂ ਦੂਸਰੇ ਦਿਨ ਉਹਦੀ ਚਿੱਠੀ ਕੱਢੀ ਤੇ ਫਿਰ ਕਈ ਦਿਨ ਬਾਅਦ ਉਹਦਾ ਪ੍ਰੈਸ ਦੇ ਵਿੱਚ ਵੀ ਇਹਨਾਂ ਨੇ ਜ਼ਿਕਰ ਕੀਤਾ ਉਸ ਵਾਸਤੇ ਧੰਨਵਾਦੀ ਕਰਦਾ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਮੈਂ ਸਿਕੂਰਜੀ ਵੀ ਵਿਚਾਂ ਦੇ ਸਮੁੰਦਰਾਂ ਦੇ ਜਿਹੜੇ ਰਿਜ਼ੋਰਟਾਂ ਤੇ ਬੰਦ ਕਰਤਾ ਮਹਾਰਾਜ ਦੇ ਸਰੂਪ ਲੈ ਜਾਣਾ ਪੂਰਨ ਰੂਪਿਲਪ ਬੰਨੇ ਇੱਕ ਟੈਲੀਫਿਲਮ ਨਾਟਕ ਬੰਦੇ ਆਗੇ ਨੇ ਉਹਦੇ ਵਿੱਚ ਪਾਤਰਾਂ ਦੇ ਵਿਆਹ ਰਚਾਏ ਜਾਂਦੇ ਆਗੇ ਨੇ ਉੱਥੇ ਹੀ ਮਹਾਰਾਜ ਦਾ ਸਰੂਪ ਰੱਖਿਆ ਜਾਂਦਾ ਤਾਂ ਲੱਗਦਾ ਉਹ ਵੀ ਬੰਦ ਹੋਣਾ ਚਾਹੀਦਾਗਾ ਕਿਉਂਕਿ ਅਸੀਂ ਮਹਾਰਾਜ ਦੇ ਸਰੂਪ ਨੰਦ ਕਰ ਪੜਦੇ ਉਤੇ ਹਾਜ਼ਰੀ ਹੈ ਗਵਾਹੀ ਹੈ ਸਭ ਕੁਝ ਲੋਗਨ ਆਰਾਮ ਖਲੋਣਾ ਜਾਣਾ ਇਹ ਇਹ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਕਹੀ ਆ ਪਹਿਲੀ ਤਾਂ ਗੱਲ ਇਹ ਆ ਕਿ ਗੱਲ ਫਿਰ ਉੱਥੇ ਆ ਜਾਂਦੀ ਹੈ ਬਿਲਕੁਲ ਠੀਕ ਹੈ ਸ਼੍ਰੋਮਣੀ ਕਮੇਟੀ ਦੇ ਅੱਗੇ ਵੀ ਰੱਖ ਦਾਂਗੇ ਉਹ ਇਹਦੇ ਤੇ ਨੋਟਿਸ ਵੀ ਲੈ ਲੈਣਗੇ ਪਰ ਤੁਸੀਂ ਇਹ ਦੇਖੋ ਵੀ ਜਿਹੜੇ ਗੁਰਦੁਆਰੇ ਦੇ ਵਿੱਚ ਜਾ ਕੇ ਕਰਦੇ ਨੇ ਉੱਥੇ ਦਾ ਗ੍ਰੰਥੀ ਕੀ ਕਰਦਾ ਉੱਥੇ ਦੇ ਪ੍ਰਬੰਧਕ ਕੀ ਕਰਦੇ ਨੇ ਉਹ ਕਿਉਂ ਅਲਾਉ ਕਰਦੇ ਨੇ ਵਾਏ ਫਿਲਮ ਉਹਨੇ ਕਰਨੀ ਹੈ ਪੈਸੇ ਉਹਨੇ ਕਮਾਉਣੇ ਨੇ আর ਉਹ ਚ ਤੁਹਾਨੂੰ ਦੇਣਾ ਵੀ ਕੁਝ ਨਹੀਂ ਜਾਂਦਾ ਹੋਵੇ ਵੀ ਚਲੋ ਜਿਹੜੀ ਕਮਾਈ ਹੋਣੀ ਆ ਵੀ ਉਹਦਾ 10% ਉਹਨਾਂ ਨੇ ਇਸ ਗੁਰਦੁਆਰੇ ਨੂੰ ਭੇਟ ਕਰ ਦਿੰਦਾ ਤਾਂ ਵੀ ਤੁਸੀਂ ਕਹਿ ਲਓ ਮੈਨਾਂ ਤਾਂ ਕਹਿੰਦਾ ਪੈਸਿਆਂ ਤੋਂ ਤਾਂ ਵੀ ਨਹੀਂ ਹੋ ਸਕਦੀ ਫਿਰ ਤੁਹਾਡਾ ਲੈਣ ਦੇਣ ਕਿਉਂ ਨਹੀਂ ਤੇ ਤੁਸੀਂ ਅਗਲੇ ਨੂੰ ਕਹੋ ਵੀ ਆਪਣੀ ਫਿਲਮ ਦੇ ਵਿੱਚ ਤੁਸੀਂ ਆਪਣੀ ਭਾਈ ਇਹਨੂੰ ਸਕ੍ਰਿਪਟ ਬਦਲ ਲਓ ਜ਼ਰੂਰੀ ਹੈ ਵੀ ਉੱਥੇ ਵਿਆਹ ਹੀ ਦਿਖਾਉਣਾ ਤੇ ਪਹਿਲਾਂ ਵਿਆਹ ਹੋਇਆ ਵੀ ਦਿਖਾ ਸਕਦੇ ਹੋ ਤੇ ਇਹ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਅਸਲ ਦੇ ਵਿੱਚ ਜਿਉਂ-ਜਿਉਂ ਯੁੱਗ ਨਵਿਨੀ ਕਰਨ ਵੱਲ ਗਿਆ ਨਾ ਤਾਂ ਅਸੀਂ ਅੱਜ ਵੀ ਕੋਈ ਗੱਲ ਕਰਦੇ ਹਾਂ ਨਾ ਤਾਂ ਬਹੁਤ ਸਾਰੇ ਕਹਿੰਦੇ ਨੇ ਜੀ ਤਾਂ ਹੋਈ ਕਟੜਬਾਦ ਹੈ ਜਾਂ ਪਿਛਲੇ ਅਸਲ ਵਿੱਚ ਰਵੈਤਾਂ ਨੇ ਇਹ ਜਣੀਆਂ ਸਾਡੇ ਪ੍ਰਾਤਨ ਸਿੱਖਾਂ ਨੇ ਗੁਰੂ ਸਾਹਿਬ ਨੇ ਦਿੱਤੀਆਂ ਪ੍ਰਾਤਨ ਸਿਖਾ ਨੇ ਉਹਨਾਂ ਨੂੰ ਆਪਣੇ ਹਿਰਦੇ ਦੇ ਨਾਲ ਲਾ ਕੇ ਪਾਲੀਆਂ ਅੱਜ ਵੀ ਤੁਸੀਂ ਦਲਾਂ ਦੀ ਗੱਲ ਐ ਸਿੰਘ ਦਲ ਨੇ ਬਹੁਤ ਸਾਰੇ ਉਹਨਾਂ ਦੇ ਬੋਲੇ ਨੇ ਜਿਹੜੇ ਕਿਤੇ ਤੁਹਾਨੂੰ ਗ੍ਰੰਥਾਂ 'ਚ ਨਹੀਂ ਮਿਲਣਗੇ ਪਰ ਉਹਨਾਂ ਦੇ ਉਹ ਕਿਵੇਂ ਆ ਉਹ ਅੱਗੇ ਦੀ ਅੱਗੇ ਉਹ ਚੱਲੇ ਜਾ ਰਹੇ ਖਾਲਸਾ ਜੀ ਕੇ ਬੋਲ ਬਾਲੇ ਮਤਲਬ ਉਹ ਉਹ ਬੋਲ ਬਾਲੇ ਚੱਲੇ ਜਾ ਰਹੇ ਨੇ ਸੋ ਇਸ ਤਰ੍ਹਾਂ ਇਹ ਸਾਡੀਆਂ ਗੁਰੂ ਦੇ ਸਤਕਾਰ ਦੀਆਂ ਰਵੈਤਾਂ ਨੇ ਗੁਰੂ ਦੇ ਸਤਕਾਰ ਦੀਆਂ ਪਰੰਪਰਾਵਾਂ ਨੇ ਤੋਂ ਅਸੀਂ ਉਹਨਾਂ ਦੇ ਵਿੱਚ ਵੀ ਨਵੀਨੀ ਕਰਨ ਲਾ ਕੇ ਬਸ ਅਸੀਂ ਉਹ ਪਿੱਛੇ ਜੇ ਤੁਸੀਂ ਆਪਾਂ ਇਹ ਦੇਖ ਰਹੇ ਹਾਂ ਕਿ ਵਿਆਹ ਹੁੰਦੇ ਨੇ ਚੰਗੇ ਭਲੇ ਨੌਜਵਾਨ ਸਿਰਫ ਇਸ ਗੱਲ ਕਰਕੇ ਵੀ ਮੇਰੇ ਸੂਟ ਚ ਬਲਣਾ ਪੈ ਜਾਣ ਬੀਬੀਆਂ ਬੰਦੇ ਸਟੂਲ ਲਾ ਕੇ ਮੂਰੇ ਬੈਠੇ ਹੁੰਦੇ ਨੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਵੇਂ ਚਰਚੇ ਦੇ ਵਿੱਚ ਬੈਠੇ ਹੁੰਦੇ ਨੇ ਕੱਲਾ ਇੱਕ ਪਾਸੇ ਥੋੜੀਆਂ ਜੀ ਇੱਥੇ ਤਾਂ ਆਵਾਜ਼ ਉੱਤੋਂ ਨੂੰ ਜਿਵੇਂ ਕਹਿਦੀ ਵੀ ਤੁਰਿਆ ਪਿਆ ਅਸੀਂ ਇੱਕ ਦੀ ਗੱਲ ਕਰ ਰਹੇ ਹਾਂ ਸੋ ਇਸ ਕਰਕੇ ਇਹਦੇ ਲਈ ਤਾਂ ਇਹੀ ਆ ਵੀ ਹਰ ਸਿੱਖ ਉਹਨੂੰ ਪ੍ਰਚਾਰ ਜਿਵੇਂ ਅਸੀਂ ਕਰਦੀਆਂ ਤੋ ਆਪ ਗੋ ਮੈਂ ਕਹਿਣਾ ਉਹ ਕਿ ਸਾਰੀਆਂ ਗੱਲਾਂ ਵੀ ਅਸੀਂ ਹੁਣ ਇਹੀ ਰੱਖੀਏ ਵੀ ਕਮੇਟੀ ਉਹ ਕਰੇ ਜਾਂ ਉਹ ਹੀ ਕਰਨ ਜਿਹੜੀਆਂ ਚੀਜ਼ਾਂ ਆਪ ਕਰ ਸਕਦੇ ਆਪ ਆਪ ਵੀ ਉਹਦੇ ਤੇ ਕੁਛ ਨਾ ਕੁਛ ਕਰ ਲੋ ਨਾ ਮਤਲਬ ਸਰ ਬਾਬਾ ਮਿਹਰਬਾਨ ਜੀ ਆਪ ਜੀ ਦਾ ਧੰਨਵਾਦ ਜੀ ਬਾਬਾ ਉਸੀ ਗੱਲ ਬਹੁਤ ਸਾਰੇ ਖੁਦ ਵੀ ਲੋਕਾਂ ਨੂੰ ਇਹ ਨਹੀਂ ਕਿ ਸਾਰੇ ਫੈਸਲੇ ਕਾਲ ਤਖਤ ਸਾਹਿਬ ਤੋਂ ਸੁਣਾਏ ਜਾਣ ਜਾਂ ਸ਼ਰੂਪਿੰਗੂ ਦਾ ਪ੍ਰਬੰਧਕ ਕਮੇਟੀ ਫੈਸਲੇ ਲਵੇ ਕੁਝ ਆਪਣੇ ਵੀ ਇੱਕ ਐਥਿਕਸ ਹੈਗੇ ਨੇ ਆਪਣਾ ਵੀ ਕੋਈ ਫਲਸਫੇ ਜੋ ਗੁਰੂ ਸਾਹਿਬ ਸਾਨੂੰ ਸਿਧਾਂਤ ਦੇ ਗਏ ਨੇ ਜਾਂ ਰਹਿਤ ਮर्यादा ਜਾਂ ਸਾਰੇ ਨਹੀਂ ਉਦੇ ਮੁਤਾਬਕ ਸਾਨੂੰ ਖੁਦ ਨੂੰ ਵੀ ਫੈਸਲੇ ਲੈਣੇ ਪੈਂਦੇ ਆਗੇ ਨੇ ਜਿਵੇਂ ਭਾਈ ਸਾਹਿਬ ਹੋਣਾ ਕਿਹਾ ਕਿ ਬਹੁਤ ਨੇ ਮਸਲੇ ਜਿਵੇਂ ਲੱਗਦਾ ਕਿ ਜਿਵੇਂ ਆਵਾਯੂਤ ਗਿਆ ਫਿਲਹਾਲ ਸਾਨੂੰ ਦੋ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਤਨਵਾਦ